ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ, ਸੋ ਗੋ ਐਂਡ ਸਬਸਕ੍ਰਾਈਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਸ਼ੋਅ ਨਾਮ ਜੀ? ਅਵਤਾਰ ਸਿੰਘ। ਓਕੇ ਜੀ ਸਰ, ਤੁਸੀਂ ਕੀ ਪੜ੍ਹਾਉਂਦੇ ਹੋ ਜੀ ਇੱਥੇ? ਮੈਂ ਪੰਜਾਬੀ ਪੜ੍ਹਾਉਂਦਾ। ਮਾਈਕ ਫੜੋ ਸਰ। ਸਰ ਮੈਨੂੰ ਸੁਣਨ 'ਚ ਆਇਆ ਵੀ ਤੁਸੀਂ ਆਪਣੇ ਵੱਡੇ ਮੁੰਡੇ ਨੂੰ 7ਵੀਂ 'ਚ ਬਹੁਤ ਕੁੱਟਿਆ। ਇੱਥੇ ਹੀ ਬਸ ਨਹੀਂ ਵੀਰੋ, 8ਵੀਂ ਦੇ ਵਿੱਚ ਵੀ ਬਹੁਤ ਕੁੱਟਾ ਪਈ। ਸਰ ਕੀ ਇਹ ਸੱਚ ਹੈ? ਸਰ ਹੱਸੋ ਨਾ ਜੀ। 9ਵੀਂ ਦੇ ਵਿੱਚ ਵੀ ਬਹੁਤ ਮੁਸ਼ਕਿਲ ਨਾਲ ਬਚਿਆ ਵੀਰੋ। ਇੱਥੇ ਹੀ ਬਸ ਨਹੀਂ ਵੀਰੋ, 10ਵੀਂ ਬੋਰਡ ਦੀ ਕਲਾਸ, ਪਹਿਲਾਂ ਸਕੂਲ ਫਿਰ ਘਰੇ ਆ ਕੇ ਕਲਾਸ। ਕੀ ਇਹ ਸੱਚ ਹੈ ਸਰ? ਬਿਲਕੁਲ ਸੱਚ ਹੈ ਜੀ। ਮੈਂ ਤੁਹਾਨੂੰ ਦੱਸਦਾ ਜੀ, ਜਿਨ੍ਹਾਂ ਨੇ ਮੈਨੂੰ ਬਹੁਤ ਕੁੱਟਾਂ ਪਈਆਂ, ਝਟਕਾਂ ਪਈਆਂ, ਮਾਰ ਪਈ, ਇਹ ਨੇ ਜੀ ਮੇਰੇ ਫਾਦਰ ਸਾਹਿਬ। ਮੈਨੂੰ ਬਹੁਤ ਸਪੋਰਟ ਕਰਦੇ ਆ ਜੀ, ਹਰੇਕ ਕੁਛ ਵੀ ਮੈਂ ਕਰਨਾ ਹੋਵੇ ਜੀ, ਜਿਹੜੀ ਮੈਂ ਜਿੱਦ ਕੀਤੀ ਉਹਨਾਂ ਨੇ ਪੂਰੀ ਕੀਤੀ। ਕੁੱਟ ਵੀ ਬਹੁਤ, ਝਟਕਾਂ ਵੀ ਬਹੁਤ, ਪਿਆਰ ਵੀ ਬਹੁਤ, ਮੇਰੀ ਬਹੁਤ ਵੱਡੀ ਸਪੋਰਟ ਹੈ ਜੀ। ਸ਼ੌਂਕ ਤਾਂ ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲੇ ਮੈਂ, ਬਹੁਤ ਮਾਣ ਹੈ ਜੀ ਕਿ ਮੈਂ ਇਹਨਾਂ ਦੇ ਕਾਲਜ ਆਇਆ। ਸੋ ਪਿਓ ਸਾਹਮਣੇ ਹੰਝੂ ਆਏ ਜਾਂਦੇ ਜੀ ਖੁਸ਼ੀ ਦੇ। ਆਈ ਲਵ ਯੂ ਪਾਪਾ। ਬਾਈ ਮੈਂ ਤੁਹਾਨੂੰ ਦੱਸਦਾ, ਹੰਝੂ ਹੰਝੂ ਸਾਫ਼ ਕਰੀਏ, ਪਹਿਲਾਂ ਕੁੱਟ ਵਾਲੇ ਹੰਝੂ ਸੀ, ਹੁਣ ਖੁਸ਼ੀ ਵਾਲੇ ਹੈ। ਬਾਪ ਬੇਟਾ ਦੋਨੋਂ ਰੋ ਪੜੇ। ਸੋ ਗਾਉਂਦੇ ਬਹੁਤ ਵਧੀਆ ਨੇ ਜੀ ਮੇਰੇ ਫਾਦਰ ਸਾਹਿਬ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਨਾਲੇ ਬਹੁਤ ਰਹੇ, ਅਤੇ ਹੁਣ ਇਹਨਾਂ ਤੋਂ ਸੁਣਾਂਗੇ ਜੀ ਇੱਕ ਪਿਆਰਾ ਜਿਹਾ ਗੀਤ, ਫਿਰ ਆਪਾਂ ਉਸੇ ਮਾਹੌਲ ਦੇ ਵਿੱਚ ਬੈਕ ਆਵਾਂਗੇ। ਸੋ ਸੁਣਾਓ ਜੀ ਪਾਪਾ ਇੱਕ ਵਧੀਆ ਜਿਹਾ ਗੀਤ। ਗੀਤ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਪਹਿਲਾਂ ਬੇਟੇ ਦੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹ ਪ੍ਰੋਫੈਸਰ ਅਵਤਾਰ ਸਿੰਘ ਦਾ ਬੇਟਾ ਹੈ, ਪਰ ਅੱਜ ਮੈਨੂੰ ਮਾਣ ਹੈ ਕਿ ਅੱਜ ਇਹ ਕਿਹਾ ਜਾਂਦਾ ਹੈ ਕਿ ਇਹ ਰਵਨੀਤ ਸਿੰਘ ਦੇ ਫਾਦਰ। ਮੈਂ ਤੁਹਾਨੂੰ ਗੱਲ ਦੱਸਦਾ ਜੀ, ਮੈਂ ਚੌਂਕ 'ਤੇ ਚਲਾਵਾਂ ਹੈ ਨਾ ਜੀ ਸਕੂਟਰੀ, ਥਾਣੇਦਾਰ ਸਾਹਿਬ ਨੇ ਨਾਕਾ ਲਾ ਲਿਆ, ਕਹਿੰਦੇ ਕਿੱਧਰ? ਮੈਂ ਕਿਹਾ ਜੀ ਪ੍ਰੋਫੈਸਰ ਅਵਤਾਰ ਸਿੰਘ ਦਾ ਬੇਟਾ। ਕਹਿੰਦੇ ਅੱਛਾ ਅੱਛਾ ਚਲੋ ਠੀਕ ਹੈ, ਪਰ ਬੇਟੇ ਹੌਲੀ ਚਲਾਇਆ ਕਰੋ। ਇੱਕ ਦਿਨ 17 'ਚ ਬੈਠੇ ਇਹ ਅਤੇ ਮੰਮੀ, ਇਹਨਾਂ ਕੋਲ ਬੱਚੇ ਭੱਜੇ ਗਏ, ਤੁਸੀਂ ਰਵਨੀਤ ਦੇ ਪਾਪਾ? ਕਹਿੰਦੇ ਹਾਂ। ਵੀ ਇਹ ਇੰਨਾ ਰੌਲਾ, ਉਸ ਦਿਨ ਇਹਨਾਂ ਦਾ ਬਰਥਡੇ ਸੀਗਾ ਜੀ, ਉਹਨਾਂ ਨੇ ਸਪੈਸ਼ਲ ਇਹਨਾਂ ਨੂੰ ਹੈਪੀ ਬਰਥਡੇ ਕੀਤਾ, ਅਤੇ ਇਹ ਜਦੋਂ ਇਹਨਾਂ ਨੇ ਮੈਨੂੰ ਆ ਕੇ ਗਲਤ ਸੀ, ਮੈਨੂੰ ਬਹੁਤ ਖੁਸ਼ੀ ਹੋਈ ਅਤੇ ਬੜਾ ਮਾਣ ਮਹਿਸੂਸ ਹੋਇਆ। ਸੋ ਵੀਰੋ ਪੇਰੈਂਟਸ ਦਾ ਨਾਮ ਜ਼ਰੂਰ ਰੋਸ਼ਨ ਕਰ ਲਿਓ ਜਿੰਨਾ ਕੁ ਕਰ ਸਕਦੇ। ਧੰਨਵਾਦ। ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮਚ।